ਕੱਲ ਇੱਧਰ ਸਾਡੇ ਮਤਲਬ 19 ਤਰੀਕ ਇਹ ਵਾਰਦਾਤ ਹੋਈ ਸੀ। 19 ਤਰੀਕ ਮੈਂ ਕਰਵਾ ਚੌਥ ਦਾ ਸਮਾਨ ਲੈਣ ਗਈ ਸੀ ਅਤੇ 6 ਕੁ ਵਜੇ ਦੇ ਟਾਈਮ 'ਤੇ ਮੈਂ ਸਕੂਟਰੀ ਜਿੱਦਾਂ ਬਾਹਰ ਆਮ ਅਸੀਂ ਰੱਖਦੇ ਹਾਂ ਉੱਦਾਂ ਅਸੀਂ ਰੱਖ ਦਿੱਤੀ ਅਤੇ ਬਸ ਉਸ ਤੋਂ ਬਾਅਦ ਅਸੀਂ ਆਪਣੇ ਰੂਮ 'ਚ ਜਾ ਕੇ ਆਪਣਾ ਕੰਮ ਕਰਨ ਲੱਗ ਗਏ ਅਤੇ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਬਾਹਰ ਆਏ ਤਾਂ ਮਤਲਬ ਦੇਖਿਆ ਸੀ ਕਿ ਸਕੂਟਰੀ ਇੱਧਰ ਹੈ ਨਹੀਂ ਅਤੇ ਮੈਂ ਪਾਪਾ ਨੂੰ ਫੋਨ ਕੀਤਾ ਅਤੇ ਪਾਪਾ ਨੂੰ ਵੀ ਪੁੱਛਿਆ ਅਤੇ ਉਸ ਤੋਂ ਬਾਅਦ ਮੇਰੇ ਮਾਇੰਡ 'ਚ ਆਇਆ ਕਿ ਮੈਂ ਰਿਕਾਰਡਿੰਗ ਚੈੱਕ ਕਰ ਲੈਂਦੀ ਹਾਂ ਇੱਕ ਵਾਰ। ਫਿਰ ਮੈਂ ਜਦੋਂ ਰਿਕਾਰਡਿੰਗ ਚੈੱਕ ਕੀਤੀ ਤਾਂ ਉਹਦੇ ਵਿੱਚ ਦੋ ਬੰਦੇ ਸਪਲੈਂਡਰ 'ਤੇ ਆਉਂਦੇ ਹੋਏ ਉਹ ਸਕੂਟਰੀ ਮਤਲਬ ਚਾਬੀ ਘੁਮਾ ਕੇ ਤਾਲਾ ਤੋੜ ਕੇ ਇੱਦਾਂ ਲੈ ਗਏ। ਕੀ ਨੰਬਰ ਸੀਗਾ ਸਕੂਟਰੀ ਦਾ ਅਤੇ ਕਿਹੜਾ ਰੰਗ ਸੀ ਸਕੂਟਰੀ ਦਾ? ਸਕੂਟਰੀ ਬਲੈਕ ਰੰਗ ਦੀ ਸੀਗੀ ਅਤੇ ਸਕੂਟਰੀ ਦਾ ਨੰਬਰ ਹੈਗਾ PB10 FG1843। ਕਿੰਨੇ ਵਜੇ ਦਾ ਵਾਕਿਆ ਜੀ? ਇਹ 7 ਵਜੇ ਵਾਰਦਾਤ ਹੋਈ ਹੈ। ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਤੁਸੀਂ? ਹਾਂਜੀ, ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ। 20 ਤਰੀਕ ਦੀ ਸ਼ਿਕਾਇਤ ਕੀਤੀ ਹੋਈ ਅਤੇ ਕੋਈ ਮਤਲਬ ਸੁਣਵਾਈ ਕਰਨ ਕੋਈ ਵੀ ਨਹੀਂ ਆਇਆ ਇੱਥੇ, ਮੌਕਾ ਦੇਖਣ ਕੋਈ ਵੀ ਨਹੀਂ ਆਇਆ। ਹਾਂਜੀ, ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਸਾਡੀ ਗੱਲ ਦਾ ਸੁਣਵਾਈ ਕਰਨ ਅਤੇ ਜਿਹੜੇ ਚੋਰ ਆ ਉਹਨਾਂ ਨੂੰ ਫੜੇ ਜਾਣ ਅਤੇ ਸਾਡੀ ਸਕੂਟਰੀ ਵਾਪਸ ਮਿਲ ਜਾਏ ਸਾਨੂੰ, ਕਿਉਂਕਿ ਬਹੁਤ ਔਖਾ ਹੋ ਜਾਂਦਾ ਹੈ